ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ, ਮਜ਼ਦੂਰ ਤਬਕੇ ਨੂੰ ਘੱਟ ਦਿੱਤੀ ਜਾਂਦੀ ਹੈ। ਕੋਈ ਉਮੀਦ ਨਹੀਂ ਹੈ ਕਿ ਹਾਲਾਤ ਠੀਕ ਹੋ ਜਾਣ। ਅੱਲਾ ਕਰਮ ਕਰੇਗਾ ਜੀ, ਇਸ ਮੁਲਕ ਤੋਂ ਉਮੀਦ ਹੈ, ਅੱਛੇ ਦੀ ਉਮੀਦ ਕਰਨੀ ਚਾਹੀਦੀ ਹੈ। ਇਮਰਾਨ ਖਾਨ ਸਾਹਿਬ ਨੇ ਤਕਰੀਰ ਕਰਦਿਆਂ ਹੋਇਆ ਇੱਕ ਦਫ਼ਾ ਫਿਰ ਕਿਹਾ ਕਿ ਕੌਮ ਘਬਰਾਏ ਨਾ, ਮੁਸ਼ਕਿਲ ਹਾਲਾਤ ਠੀਕ ਹੋ ਜਾਣਗੇ, ਇਹ ਵਕਤੀ ਮਹਿੰਗਾਈ ਹੈ ਸਾਰੀ। ਉਹ ਮੇਰੀ ਜਾਨ, ਸਾਡੀ ਜਾਨ, ਇਮਰਾਨ ਕੀ ਕਰਦੇ ਹੋ? ਕੁਛ ਲੋਕ ਤਾਂ ਬੜਾ ਰੋ ਰਹੇ ਨੇ ਕਿ ਮਹਿੰਗਾਈ ਬੜੀ ਹੋ ਗਈ ਹੈ, ਸ਼ੇਅਰ ਸਹੀ ਸੀ। ਉਹ ਮੇਰਾ ਵੀਰ ਉਹਨਾਂ ਜਿਹਨਾਂ ਨੂੰ ਨਹੀਂ ਪਤਾ ਕਿ ਸਾਡੇ ਨਾਲ ਪਹਿਲੇ ਕੀ ਕਰ ਗਏ ਨੇ, ਜਿਹਦੇ ਵਿੱਚ ਨਵਾਜ਼ ਅਤੇ ਜ਼ਰਦਾਰੀ ਬੇੜਾ ਖੜ ਕਰਕੇ ਰੱਖੇ ਰਿਹਾ ਨਾ, ਉਹ ਹੁਣ ਆਸਤ ਹੀ ਹੈ ਨਾ, ਲੈਵਲ ਹੋਵੇਗਾ। ਲੋਕ ਤਾਂ ਹਾਲੇ ਵੀ ਕਹਿ ਰਹੇ ਨੇ ਸ਼ੇਅਰ ਇੱਕ ਵਾਰੀ ਨਹੀਂ, ਸ਼ੇਅਰ ਤਾਂ ਮਰ ਜਾਏ ਸਾਡੇ ਨੂੰ। ਉਹਦਾ ਨਾਂ ਲੈਣ ਵਾਲਾ ਸੀ, ਉਹਦੀ ਸ਼ਕਲ ਨਹੀਂ ਪੈਂਦੀ ਸੀ, ਤੁਸੀਂ ਫਿਰ ਆਉਂਦੇ ਸ਼ੇਅਰ ਫਿਰ। ਲੇਕਿਨ ਉਹ ਕਹਿੰਦੇ ਨੇ ਕੋਈ ਸਾਬਤ ਹੋਈ ਨਹੀਂ ਉਹਨਾਂ ਦੇ ਉੱਤੇ ਕਰਪਸ਼ਨ, ਸਭ ਕੁਝ ਸਾਬਤ ਹੋਇਆ, ਸਭ ਕੁਝ ਸਾਬਤ ਹੋਇਆ, ਸਭ ਕੁਝ ਸਾਬਤ ਉਹਦਾ ਹੋਇਆ, ਸਮਝਦਾ ਸਭ ਕੁਝ ਸਾਬਤ ਹੋਏਗਾ ਸਰ। ਕਿਉਂ ਨਹੀਂ ਪਤਾ, ਕਿਸ ਚੀਜ਼ ਦਾ ਪਤਾ, ਕਿਸ ਚੀਜ਼ ਦਾ ਸਰ? ਯਾਰ ਤੁਸੀਂ ਦੇਖ ਤੇ ਸਾਡਾ ਕਲਚਰ ਹੀ ਐਡਾ ਇਸ ਤਰ੍ਹਾਂ ਦਾ ਜਿਹਦਾ ਕੋਈ ਹੱਥ ਸਾਬ, ਸਾਡਾ ਕਲਚਰ ਹੀ ਨਹੀਂ ਇਹੋ ਜਿਹਾ। ਤੁਸੀਂ ਬੰਦੇ ਨੂੰ ਪਛਾਣ ਹੀ ਨਹੀਂ ਸਕਦੇ, ਜਿਹਨੇ ਖਿਦਮਤ ਕੀਤੀ ਹੈ ਉਹਨੂੰ ਪਛਾਣ ਹੀ ਨਹੀਂ ਸਕਦੇ, ਇਹ ਵੀ ਤਾਂ ਤੁਹਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਕਰਪਸ਼ਨ ਕੀਤੀ, ਮੁਲਕ ਲੁੱਟ ਕੇ, ਕੋਈ ਕਰਪਸ਼ਨ ਨਹੀਂ ਹੋਈ ਜੀ, ਬਿਲਕੁਲ ਗਲਤ ਹੈ, ਸਾਰਾ ਕੁਝ ਗਲਤ ਹੈ। ਕਰਪਸ਼ਨ ਇਹਨਾਂ ਨੇ ਕੀਤੀ, ਇਮਰਾਨ ਖਾਨ ਨੇ ਕੀਤੀ, 75 ਕਰੋੜ ਇੱਥੇ ਤਿਆਰ ਹੋਇਆ, 50 ਕਰੋੜ ਤਾਂ ਨਵਾਜ਼ ਸ਼ਰੀਫ ਹੋਰਾਂ ਨੇ ਦਿੱਤਾ, ਇਹਨੇ ਜਿਹੜੇ ਜ਼ਕਾਤ ਦੇ ਪੈਸੇ ਇਕੱਠੇ ਕੀਤੇ ਨੇ ਉਹ ਕਿੱਥੇ ਨੇ? ਸਾਰੇ ਦੁਬਈ ਲੈ ਗਏ, ਕਰਪਸ਼ਨ ਇਹਨੇ ਨਹੀਂ ਕੀਤੀ। ਉਹਨਾਂ ਨੇ ਹਸਪਤਾਲ ਬਣਾਇਆ, ਹਸਪਤਾਲ ਜਿਹੜਾ ਬਣਾਇਆ ਉਹਦੇ 70 ਕਰੋੜ 50 ਕਰੋੜ ਇਹਨਾਂ ਦਾ ਲਾਇਆ, ਸ਼ਰੀਫ ਖਾਨਦਾਨ ਨੈੱਟ ਦੇ ਉੱਤੇ ਮੌਜੂਦ ਹੈ। ਜਿਹੜਾ ਉਹ ਕਹਿੰਦੇ ਕਰਜ਼ਿਆਂ 'ਚ ਡਬੋ ਦਿੱਤਾ ਮਹਿੰਗਾਈ, ਉਹ ਕਰਦੇ ਇੰਨੇ ਨਹੀਂ ਡਬੋਇਆ, ਇਹ ਕੀ ਕਰਨ ਡੇ ਆ, ਇਹ ਕੀ ਕਰਨ ਡੇ ਆ? ਕੋਈ ਤਰ ਕਰਜ਼ੇ ਨਹੀਂ ਉਤਾਰ ਸਕਦੇ, ਕੋਈ ਕਰਜ਼ੇ ਨਹੀਂ ਉਤਾਰ ਸਕਦੇ ਭਾਈ ਜੀ। ਜਿਹੜਾ ਸਭ ਤੋਂ ਵੱਡਾ ਗਵਾਦਰ ਦਾ ਜਿਹੜਾ ਚਾਈਨਾ ਜਿਹੜਾ ਮੁਆਹਦਾ ਕੀਤਾ ਹੈ ਚਾਈਨਾ ਨਾਲ, ਅਮੈਰੀਕਾ ਨੇ ਮੁਖਾਲਫਤ ਉਹਨੂੰ ਉਸ ਮੁਖਾਲਫਤ ਨਾਲ ਨਵਾਜ਼ ਸ਼ਰੀਫ ਨੂੰ ਲਾਇਆ ਗਿਆ, ਜਿਹੜੀ ਅਸਲ ਗੱਲ ਹੈ। ਸੀ ਪੈਕ ਦੇ ਗਵਾਦਰ ਜਦੋਂ 92 'ਚ ਆਇਆ, ਉਦੋਂ ਗਵਾਦਰ ਦੀ ਜੱਟੀ ਦਾ ਜਿਹੜਾ ਮੁਆਹਦਾ ਕੀਤਾ ਚਾਈਨਾ ਨਾਲ, ਚਾਈਨਾ ਨਾਲ ਮੁਆਹਦਾ ਕੀਤਾ ਕਿ ਉਹ ਹੁਣ ਉਹਦੇ ਅਮੈਰੀਕਾ ਨੂੰ ਉਸ ਪਾਸੇ ਨਹੀਂ ਉਹ ਖੜਕਣ ਦਿੰਦਾ, ਚਾਈਨਾ ਇਹ ਉਹਨੂੰ ਖੜਕਦਾ ਪਿਆ ਨਵਾਜ਼ ਸ਼ਰੀਫ ਅਮੈਰੀਕਾ ਨੂੰ, ਉਹਦੀ ਵਜ੍ਹਾ ਨਾਲ ਸਾਰੇ ਜ਼ੁਲਮ ਉੱਠਦੇ ਹੋ ਰਹੇ ਨੇ ਨਵਾਜ਼ ਸ਼ਰੀਫ ਉੱਤੇ, ਅਮੈਰੀਕਾ ਕਰਵਾ ਰਿਹਾ। ਅਮੈਰੀਕਾ ਕੀ ਇਮਰਾਨ ਖਾਨ ਨੂੰ ਚਾਹੁੰਦਾ? ਅਮਰਖਾਨ ਨੂੰ ਨਹੀਂ ਉਹ ਚਾਹੁੰਦਾ, ਉਹ ਮਤਲਬ ਹਲਕਾ ਆਪਣਾ ਹਾਸਲ ਕਰਦਾ ਜਿਸ ਬੰਦੇ ਕੋਲ ਵੀ ਹੋ ਜਾਏ। ਨਵਾਜ਼ ਸ਼ਰੀਫ ਕੋਲ ਨਹੀਂ ਹੋਇਆ, ਨਵਾਜ਼ ਸ਼ਰੀਫ ਨੂੰ ਉਹਨੇ ਬੜਾ ਜ਼ੇਰ ਕੀਤਾ, ਨਵਾਜ਼ ਸ਼ਰੀਫ ਨਹੀਂ ਜ਼ੇਰ ਹੋਇਆ ਉਹਨਾਂ 'ਚ, ਉਹਨੇ ਆਪਣੀ ਮਨ ਉਹਨੇ ਆਪਣੀ ਆਵਾਮ ਦੀ ਸੁਣੀ ਹੈ, ਧਮਾਕੇ ਕੀਤੇ ਉਹਨਾਂ ਤੋਂ, ਆਪਣੀ ਆਵਾਮ ਦੀ ਸੁਣ ਕੇ ਧਮਾਕੇ ਕੀਤੇ। ਨਵਾਜ਼ ਛੱਡੋ ਯਾਰ, ਉਹ ਬੰਦਾ ਦਿਮਾਗ ਨਹੀਂ ਕੰਮ ਕਰਦਾ, ਬਸ ਛੱਡੋ। ਕਿੰਨੇ ਕੀਤੇ ਸਨ? ਇਹਨੂੰ ਤੁਸੀਂ ਪਛਾਣ ਨਹੀਂ ਸਕਦੇ, ਹੁਣ ਜਿਸ ਬੰਦੇ ਨੇ ਖਿਦਮਤ ਕੀਤੀ ਨੇ ਅਸੀਂ ਉਹਨੂੰ ਨਹੀਂ ਪਛਾਣ ਸਕਦਾ। ਉਹ ਤਾਂ ਟੀਵੀ ਵੱਲ ਦੇਣਾ, ਦਲਾਇਲ ਨਾਲ ਗੱਲ ਕਰਨਾ ਬਈ, ਉਹਨੇ ਜਿਹੜੇ ਧਮਾਕੇ ਕੀਤੇ ਨੇ ਪੂਰੀ ਦੁਨੀਆ ਨੇ ਉਹਨੂੰ ਕਿਹਾ ਧਮਾਕੇ ਨਾ ਕਰ, ਉਹਨੇ ਸਾਰੇ ਜਗ੍ਹਾ ਤਸਵੀਰ ਭੇਜੇ ਨੇ ਉਹਨੇ ਯਾਰ ਤੂੰ ਗੱਲ ਕਰਨ ਡੇ ਆ, ਹੋਰ ਕਿੰਨੇ ਕੀਤੇ ਨੇ? ਕਿੰਨੇ ਕਰਵਾਇਆ ਹਨ? ਉਹਦੇ ਮਰ ਗਏ ਪਹਾਨੇ ਵੀ ਲੱਗ ਹਨ ਕੰਜਰ ਨੂੰ, ਜਦੋਂ ਧਮਾਕੇ ਹੋਣੇ ਹਨ ਉਹਨੇ ਸਾਰੀ ਜਗ੍ਹਾ ਤਸਵੀਰ ਕਰਦੇ ਨੇ ਸਭ ਅਰਬਾਂ ਮੁਲਕਾਂ 'ਚ, ਅਰਬਾਂ ਮੁਲਕਾਂ 'ਚ ਉਹਨੇ ਕਿਹਾ ਘਬਰਾ ਨਾ ਤੂੰ, ਤੈਨੂੰ ਹਰ ਚੀਜ਼ਾਂ ਦੀ ਮਦਦ ਦਿਆਂਗੇ, ਫਿਰ ਉਹਨੇ ਧਮਾਕੇ ਕੀਤੇ ਨੇ।
ਹਾਲਾਤ ਬਿਹਤਰ ਨਜ਼ਰ ਹੁੰਦੇ ਨੀ ਹੁਣ ਨਜ਼ਰ ਹੁੰਦੇ ਪਏ, ਕਰਜ਼ੇ ਉਤਰ ਰਹੇ ਨੇ, ਮਈਸ਼ਤ ਠੀਕ ਹੋ ਰਹੀ, ਕਰਜ਼ੇ ਉਤਰ ਰਹੇ ਨੇ, ਕਰਜ਼ੇ ਤੇ ਇੰਨੇ ਸੋ ਹੋਰ ਚਾੜ ਦਿੱਤੇ ਨੇ, ਕਰਜ਼ੇ ਤੇ ਹੋਰ ਇਹਨੇ ਜ਼ਿਆਦਾ ਕਰ ਦਿੱਤੇ ਨੇ ਅੱਗੇ ਨਾਲ। ਇਹ ਸਾਨੂੰ ਸਿਰਫ ਦਿਖਾਵਾ, ਇਹ ਸਾਰੇ ਤੋਂ ਕੁਝ ਦਿਖਾਵਾ। ਸਿਹਤ ਕਾਰਡ ਉਹਨੇ ਅਮਰਾ ਬੇਨਤੀ ਨੇ ਸ਼ੁਕਰ ਨਹੀਂ ਕੀਤਾ, ਕਾਰਡ ਹੈਲਥ ਕਾਰਡ ਬਣਾ ਕੇ ਦਿੱਤੇ ਨੇ ਉਹਨੇ ਨਹੀਂ ਸ਼ੁਰੂ ਕਰਿਆ। ਸਭ ਕੁਝ ਦਿਖਾਵਾ ਆਪਣੇ ਆਪਣੀ ਭਾਵੇਂ ਸਿੱਧ ਕਰਨ ਵਾਸਤੇ, ਆਵਾਮ ਨੂੰ ਵੀ ਦੇਣਾ ਇਹਨਾਂ ਕਿ ਅਸੀਂ ਕਾਰਡ ਬਣਾ ਕੇ ਤੇ ਆਪਣੇ ਵੋਟ ਬਣਾਈਏ। ਇਹ ਸਭ ਕੁਝ ਦਿਖਾਵਾ, ਇਹ ਡਰਾਮਾਬਾਜ਼ੀ ਹੈ ਸਭ ਕੁਝ। ਬੇਨਤੀ ਨੇ ਨਹੀਂ ਕਿੰਨੇ ਹੈਲਥ ਕਾਰਡ ਜਾਰੀ ਕੀਤੇ, ਉਹ ਕਿਉਂ ਜਾਰੀ ਕਰਦੇ ਨੇ ਕਿ ਅਸੀਂ ਪਬਲਿਕ ਨੂੰ ਆਪਣੇ ਲਾਈ ਸਾਡੀ ਆਵਾਮ ਸਾਡੇ ਪਿੱਛੇ ਹੋਵੇ। ਇਹ ਸਿਰਫ ਦਿਖਾਵਾ। ਇਮਰਾਨ ਖਾਨ ਸਾਹਿਬ ਦੀ ਤਕਰੀਰ ਕਰਦਾ ਇੱਕ ਦਫ਼ਾ ਫਿਰ ਕਿਹਾ ਕਿ ਮੁਸ਼ਕਿਲ ਹਾਲਾਤ ਨੇ, ਮਹਿੰਗਾਈ ਵੀ ਵਧਦੀ, ਸਾਰਾ ਕੁਝ ਠੀਕ ਹੋ ਜਾਏਗਾ। ਤੁਹਾਨੂੰ ਕੀ ਲੱਗਦਾ ਕਿ ਹੋਏਗਾ ਠੀਕ? ਇਹ ਤਾਂ ਨਹੀਂ ਠੀਕ ਲੱਗਦਾ ਹੋਣ ਵਾਲਾ। ਇਮਰਾਨ ਖਾਨ ਦੀ ਕੋਈ ਉਮੀਦ ਨਹੀਂ? ਨਾ, ਕੋਈ ਉਮੀਦ ਨਹੀਂ ਹੈ ਕਿ ਹਾਲਾਤ ਠੀਕ ਹੋ। ਪਤਾ ਸਰ, ਬਸ ਵੇਖ ਲਵੋ, ਤੁਸੀਂ ਵੀ ਤਾਂ ਇੱਥੇ ਹੀ ਹੁੰਦੇ ਹੋ, ਤੁਹਾਨੂੰ ਵੀ ਦੁਨੀਆਦਾਰੀ ਦਾ ਪਤਾ ਹੋਣਾ ਚਾਹੀਦਾ ਕੀ ਹਿਸਾਬ ਕਿਤਾਬ ਹੈ। ਨਹੀਂ, ਉਹਨਾਂ ਨੇ ਇਮਰਾਨ ਖਾਨ ਸਾਹਿਬ ਨੂੰ ਕੱਲ੍ਹ ਤਕਰੀਰ ਕਰਦੇ ਹੋਇਆ ਆਵਾਮ ਨੂੰ ਕਿਹਾ ਕਿ ਘਬਰਾਉਣਾ ਨਹੀਂ, ਮੁਸ਼ਕਿਲ ਹਾਲਾਤ ਠੀਕ ਹੋ ਜਾਣਗੇ, ਮਹਿੰਗਾਈ ਵਕਤੀ ਹੈ। ਠੀਕ ਗੱਲ ਹੈ, ਉਹ ਗੱਲ ਇਹ ਵੇ ਕਿ ਹੁਣ ਵੇਖੋ ਨਾ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਇਮਰਾਨ ਖਾਨ ਸਾਹਿਬ ਨੇ ਤਕਰੀਰ ਕਰਦੇ ਹੋਇਆ ਕਿਹਾ ਕਿ ਕੌਮ ਨੂੰ ਇੱਕ ਦਫ਼ਾ ਫਿਰ ਕਿ ਘਬਰਾਉਣਾ ਨਹੀਂ, ਤੁਸੀਂ ਮੁਸ਼ਕਿਲ ਹਾਲਾਤ ਹੈ, ਵਕਤੀ ਮਹਿੰਗਾਈ ਹੈ, ਸਾਰਾ ਕੁਝ ਠੀਕ ਹੋ ਜਾਏਗਾ। ਅੱਲਾ ਕਰਮ ਕਰੇਗਾ ਜੀ ਇਸ ਮੁਲਕ 'ਤੇ। ਉਮੀਦ ਹੈ, ਅੱਛੇ ਦੀ ਉਮੀਦ ਕਰਨੀ ਚਾਹੀਦੀ, ਇਨਸ਼ਾਅੱਲਾ ਅੱਲਾ ਕਰਮ ਕਰੇਗਾ। ਚਾਂਦਗੜੀ ਵਾਲੇ ਹਾਂ ਅਤੇ ਇਹ ਜਿਹੜਾ ਮਾਫੀਆ ਹੈ ਨਾ ਸਾਡੇ ਪਾਕਿਸਤਾਨ ਦੀ, ਉਹਨੂੰ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ, ਮਜ਼ਦੂਰ ਤਬਕੇ ਨੂੰ ਘੱਟ ਦਿੱਤੀ ਜਾਂਦੀ ਹੈ। ਕਿਹੜਾ ਮਾਫੀਆ? ਮਾਫੀਆ ਹੀ ਹੈ ਨਾ, ਹੁਣ ਵੇਖੋ ਇੱਥੇ ਜੱਗੇ ਟਾਈਮ ਚੱਲਦੇ ਨੇ, ਇਹ ਮਾਸ਼ਾਅੱਲਾ ਬੜ ਸਾਹਿਬ ਨੇ, ਇੱਥੇ ਇਹਨਾਂ ਦਾ ਹੁਕਮਰਾਨ ਨਹੀਂ ਹੈ ਪੂਰੇ ਲਾਰੀ ਅੱਡੇ ਦੇ ਵਿੱਚ। ਜਿੰਨਾ ਪੈਸੇ ਦੇਣੇ ਉਹਨਾਂ ਗੱਡੀ ਲਾਉਣੀ ਹੈ, ਜਿੰਨਾ ਕੋਲ ਪੈਸੇ ਨਹੀਂ ਉਹਨਾਂ ਗੱਡੀ ਨਹੀਂ ਲਾਉਣੀ। ਠੀਕ ਹੈ ਭਾਅ ਜੀ, ਇੰਨਾ ਕੁ ਹਿਸਾਬ ਦਾ ਵੀ ਕੰਮ ਖਰਾਬ ਹੋ ਗਿਆ ਕਿ ਸਮਝ ਨਹੀਂ ਲੱਗਦੀ ਕੋਈ ਵੀ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ। ਹੁਣ 200 ਰੁਪਈਆ ਜਿਹੜਾ 500 ਦਿਹਾੜੀ ਲਾਉਂਦਾ ਉਹ ਘਰ ਦਾ ਮਹਾਂ ਜਿਹੜਾ ਲੂਣ ਮਰਚੀ ਤੋੜ ਸਕਦਾ, ਕੋਈ ਕੰਮ ਨਹੀਂ ਕਰ ਸਕਦਾ ਭਾਅ ਜੀ, ਕੀ ਕਰੇ ਬੰਦਾ? ਇੰਨੀ ਕੁ ਮਹਿੰਗਾਈ ਹੈ ਜਿੰਨਾ ਹਿਸਾਬ ਦੀ ਕੋਈ ਕੋਈ ਕਹਿੰਦੇ ਲੋਕਾਂ ਨੇ ਖੁਦ ਮਹਿੰਗਾਈ ਕੀਤੀ ਹੈ ਭਾਈ। ਵੇਖੋ ਇਹਨਾਂ ਲੋਕਾਂ ਮਹਿੰਗਾਈ ਕੀ ਕੀਤੀ ਹੈ ਭਾਈ, ਇਹਨਾਂ ਆਪੇ ਇਹਨੇ ਮਹਿੰਗਾਈ ਕੀਤੀ ਹੈ। ਹੁਣ ਮਜ਼ਦੂਰ ਕੀ ਕਰੇ? ਹੁਣ ਜਿਹਨੇ 500 ਰੁਪਈਆ ਦਿਹਾੜੀ ਲਾਉਣੀ ਹੈ, 1500 ਰੁਪਈਆ ਤਨਖਾਹ ਜਿਹਨੇ ਲੈ, 15,000 ਤਨਖਾਹ ਲੈਣੀ ਹੈ, 500 ਦਿਹਾੜੀ ਬਣਦੀ ਉਹ ਘਰ ਜਿਹਦੇ 4 ਬੱਚੇ ਨੇ, ਉਹ ਕੀ ਕਰੇਗਾ? ਉਹ ਇੰਨਾ ਕੁ ਮਜਬੂਰ ਹੈ ਹੱਦ ਤੋਂ ਜ਼ਿਆਦਾ। ਹਾਂਜੀ, ਬਿਜਲੀ ਦਾ ਬਿੱਲ ਉਹਦੇ ਨਾਲ ਟੈਕਸ ਲੱਗਦੇ ਨੇ, ਦੂਜੇ ਬਾਈ ਟੈਕਸ ਲੱਗਦੇ ਨੇ, ਕਦਮ ਪੁੱਟਣਾ ਤੇ ਟੈਕਸ ਲੱਗਣੇ ਨੇ, ਉੱਥੇ ਕਿਹੜੀ ਗੱਲ ਕਰੇ ਬੰਦਾ? ਬਿਲਕੁਲ ਕੁਛ ਨਹੀਂ ਕਰ ਸਕਦੀ, ਇਹਨੇ ਦੁਨੀਆ ਨੂੰ ਮਾਰ ਦਿੱਤਾ, ਗਰੀਬ ਵਿਚਾਰੇ ਰੋਜ਼ ਦਾ ਰੋਜ਼ ਪਿਸ ਰਹੇ ਨੇ, ਕੀ ਕੀਤਾ ਹੁਣ ਤੱਕ ਰਹੇ ਨੇ? ਯਾਨੀ ਕਿ ਉਹਨਾਂ ਦੇ ਉੱਤੇ ਝੂਠੇ ਬਲਾਨ ਲਾ ਲਾ ਕੇ ਇੱਥੋਂ ਤੱਕ ਪਹੁੰਚਿਆ, ਔਰ ਇਹ ਕੁਛ ਨਹੀਂ ਕਰ ਸਕਦਾ, ਔਰ ਨਾ ਇਹਨੇ ਕੁਛ ਕਰਨਾ ਹੀ ਹੈ, ਬਿਲਕੁਲ ਕੁਛ ਨਹੀਂ ਕਰ ਸਕਦਾ। ਇਹਦੇ 'ਤੇ ਇਹਦੇ 'ਚ ਇੰਨੀ ਪਾਵਰ ਹੀ ਨਹੀਂ ਹੈ। ਇਹਨੇ ਇਹ ਕਹਿੰਦਾ ਸੀ, ਕੋਈ ਆਇਆ ਸੀ ਜੀ ਮੈਂ ਮੰਜੀ ਡਾਹ ਕੇ ਡੈਮ ਬਣਾਵਾਂਗਾ, ਉਹ ਕਿੰਨੇ ਅਰਬ ਰੁਪਇਆ ਲੈ ਕੇ ਜਾ ਕੇ ਉੱਥੇ ਬਹਿ ਗਿਆ, ਉਹਨੂੰ ਕਿਉਂ ਨਹੀਂ ਫੜਦਾ ਹੈ? ਯਾਨੀ ਇਹਨਾਂ ਨੂੰ ਇਹ ਭੌਂਚੋ ਕਹਿੰਦਾ ਚੋਰ ਨੇ, ਇੰਜ ਨੇ, ਜੇ ਉਹਨੂੰ ਫੜਿਆ ਪਹਿਲੇ ਇਹਦੇ ਕੋਲੋਂ ਹੀ ਗਿਆ ਨਾ।